गुरुद्वारा श्री सुखमनी साहिब सेक्टर 7 की ओर से हर वर्ष की भांति इस वर्ष भी नव वर्ष की पूर्व संध्या पर शब्द कीर्तन का आयोजन किया गया, जिसमें सुप्रसिद्ध भागीदारी जत्थे गुरु की महिमा का गुणगान किया गया। यह जानकारी देते हुए श्री सुखमनी साहिब गुरुद्वारा प्रबंधक कमेटी के प्रधान इंद्रजीत सिंह दुआ ने बताया कि गुरुद्वारा प्रबंधक कमेटी की ओर से हर वर्ष यह कार्यक्रम चलता है, जो लगभग एक पखवाड़े तक चलाया जाता है, जिसमें दूर दूर से संगत पहुंचकर गुरु जी का आशीर्वाद प्राप्त करती है। उन्होंने बताया कि इस अवसर पर अटूट लंगर का आयोजन भी किया जाता है। उन्होंने लोगों से आह्वान किया कि नव वर्ष की बेला पर गुरुद्वारे में पहुंचकर गुरु जी का आशीर्वाद प्राप्त करें और गुरु घर की खुशियां प्राप्त करें। देखिए एक रिपोर्ट। आज के समय में वक्त को विचार करेगा, तो जेतु वक्त को विचार करेगा, समय को विचार करेगा, तो फिर तू गुरु दा बढ़ जाएगा। जब तू गुरु दा बढ़ जाएगा, फिर तू चेतना शुरू कर देगा। नौवे पास में कहते हैं, चेतना है तो चेतना है, जिस दिन में प्राणी छिन छिन अवध में आते हैं, फूटे काट के मरे। भाई तू इस गल को समझ लै, इस समय को विचार लै, कित यह ना हो घड़े के जिम्मे त्रेड़े में पानी के घड़े के पानी बंद लंघता जा रहा, सिमता जा रहा है। इसी प्रकार इस शरीर के श्वास तेरे घटते जा रहे। तू आखद मेरी उम्र बड़ी बुरी है, मैं 20 साल का हो गया, मैं 40 साल का हो गया, मैं 50 साल का हो गया, पर प्यार वाले ओने जे श्वास ने साढ़े अंदर घटते जा रहे हैं। ਉਹਦੇ ਅੰਦਰੋਂ ਬੇਨਤੀ ਕਰਦੇ ਜਾ ਰਹੇ ਨੇ। ਇਹਦੇ ਲਈ ਕੀ ਕਾਰਨ? ਇਸ ਸਮੇਂ ਨੂੰ ਦਿਵਸ ਨੂੰ ਵਿਚਾਰ ਲੈ। ਪਾਸ਼ਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੈਕਟਰ 7 ਵਿਖੇ ਗੁਰਮਤਿ ਸਵਾਗਮ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ 2020 ਆਗਮਨ ਦੀ ਖੁਸ਼ੀ ਵਿੱਚ ਗੁਰਮਤਿ ਸਵਾਗਮ ਜੋ ਆਰੰਭ ਹੋ ਚੁੱਕਿਆ ਗੁਰਦੁਆਰਾ ਸੁਖਮਨੀ ਸੈਕਟਰ 7 ਵਿਖੇ, ਇਹ 6 ਵਜੇ ਤੋਂ ਲੈ ਕੇ 12:15 ਵਜੇ ਤੱਕ ਚੱਲੇਗਾ, ਜਿਸ ਵਿੱਚ ਗੁਰੂ ਪੰਥ ਦੇ ਭਾਈ ਚਸ਼ਮਦੀਪ ਸਿੰਘ ਜੀ ਤਾਨ, ਭਾਈ ਮਨਜੀਤ ਸਿੰਘ ਜੀ ਕਥਾਵਾਚਕ, ਨੌਜਵਾਨ ਚੇਤਨਾ ਜੱਥਾ, ਭਾਈ ਇੰਦਰਜੀਤ ਸਿੰਘ ਜੀ ਜੁਰੀ ਰਾਗੀ, ਭਾਈ ਕਿਸ਼ਨ ਸਿੰਘ ਜੀ ਜੋ ਕਥਾਵਾਚਕ ਹਨ, ਭਾਈ ਕਰਮਜੀਤ ਸਿੰਘ ਜੀ ਕਥਾਵਾਚਕ ਇਸ ਸਥਾਨ ਤੇ ਪੁੱਜ ਰਹੇ ਹਨ, ਜੋ ਸੰਗਤਾਂ ਨੂੰ ਗੁਰ ਚਰਨਾਂ ਜੋੜਨ ਦੀ ਕਿਰਪਾਲਤਾ ਕਰਨਗੇ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਹੀ ਉਪਦੇਸ਼ ਦਿੱਤਾ ਹੈ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਜੋ ਵੀ ਤੁਸੀਂ ਕਿਰਤ ਕਰਨੀ ਹੈ, ਜੋ ਵੀ ਭਾਵੇਂ ਕੋਈ ਕਿਰਤ ਕਰਦਾ, ਚਾਹੇ ਨੌਕਰੀ ਪੇਸ਼ਾ ਹੈ, ਚਾਹੇ ਬਿਜਨਸ ਕਰਦਾ ਹੈ, ਆਪਣੀ ਕਿਰਤ ਚੋਂ ਸੰਤ ਕੱਢ ਕੇ ਗੁਰ ਚਰਨਾਂ ਦੇ ਗੁਰ ਗਰੀਬਾਂ ਦੀ ਸਹਾਇਤਾ ਕਰੇ। ਚਾਹੇ ਕੋਈ ਬੱਚਾ ਗਰੀਬ ਪੜ੍ਹਾਈ 'ਚ ਰਹਿ ਗਿਆ, ਉਹਦੀ ਸਹਾਇਤਾ ਕਰਨੀ ਗੁਰਦੁਆਰੇ ਦੇ ਸਾਰੇ ਮੈਂਬਰਾਂ ਨੇ ਕੀਤਾ ਹੈ, ਬੱਚਿਆਂ ਨੂੰ ਸਹੂਲਤਾਂ ਦੇਣ ਵਾਸਤੇ। ਹੁਣ ਲਗਾਤਾਰ ਅਸੀਂ ਠੰਡ ਵਿੱਚ ਜੋ ਗਰੀਬ ਮੈਂਬਰ ਹਨ, ਜਿਹਨਾਂ ਕੋਲ ਚਾਦਰ ਨਹੀਂ, ਕੰਬਲ ਨਹੀਂ, ਬਿਸਤਰਾ ਨਹੀਂ, ਘੱਟ ਤੋਂ ਘੱਟ 150 ਗੁਰੂ ਘਰ ਜਾ ਕੇ ਲੋਕਾਂ ਨੂੰ ਉਹਨਾਂ ਨੂੰ ਜਾ ਕੇ ਇਹ ਸੇਵਾ ਕੀਤੀ ਹੈ। ਇਹੀ ਸੇਵਾ ਸਾਨੂੰ ਗੁਰੂ ਬਾਣੀ ਨੇ ਸਿਖਾਈ ਹੈ, ਗਰੀਬਾਂ ਦੀ ਸੇਵਾ ਕਰਨੀ। ਅਤੇ ਹਰ ਇਤਵਾਰ ਨੂੰ ਇਸ ਸਥਾਨ 'ਤੇ ਗੁਰਦੁਆਰਾ ਲੰਗਰ ਉੱਠਦਾ ਹੈ, ਅੱਜ ਵੀ ਇਸ ਸਥਾਨ 'ਤੇ ਗੁਰਦੁਆਰਾ ਲੰਗਰ ਉੱਠ ਚੱਲੇਗਾ। ਨਾਲ ਹੀ 3 ਤਰੀਕ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਬਖਸ਼ੇ ਸ੍ਰੀ ਖੰਡਪਾਠ ਸਾਹਿਬ ਰੱਖੇ ਜਾਣਗੇ। 5 ਤਰੀਕ ਸਵੇਰੇ 7 ਵਜੇ ਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਜੋ ਕਥਾ ਵਾਚ ਕੀਰਤਨ ਅਤੇ ਗੁਰਦਾ ਲੰਗਰ ਤੁੱਟ ਵਰਤੇਗਾ। ਆਪ ਸਭ ਸੰਗਤਾਂ ਨੂੰ, ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ 2020 ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਮਹਾਰਾਜ ਨਵਾਂ ਸਾਲ ਸਭ ਵਾਸਤੇ, ਚੜ੍ਹਦੀ ਕਲਾ, ਚਾਹੇ ਦੇਸ਼ ਕੌਮ ਦੀ ਸੁਰੱਖਿਆ ਵਾਸਤੇ, ਨਵਾਂ ਸਾਲ ਸਭ ਵਾਸਤੇ ਖੁਸ਼ੀਆਂ ਭਰਾ ਲਿਆਵੇ। ਇਹੀ ਸਾਡੀ ਅਰਦਾਸ ਹੈ, ਉਸ ਕਾਰਨ ਲੱਗੇ ਇਹੀ ਅਰਦਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। JBD Banquets lie hai, incredible marriage palace Rajgharana and the finest banquet hall Jyoti Garden. World-class catering, centrally air-conditioned, lush green lawns, state-of-the-art lightning. A perfect venue for wedding, launching and parties. Rajgharana and Jyoti Garden at JBD Banquets Enterprise. ऐसे ही लेटेस्ट खबरें पाने के लिए बेल आइकन को क्लिक कर हमारे चैनल को लाइक, शेयर एंड सब्सक्राइब करें। धन्यवाद।